जी शुरू करते हाँ। टेस्ट नंबर 5 वाक बोध अर्थ बोध। प्रश्न नंबर 1, वाक किनिया किस्मां दे हुंदे हन? ऊड़ा 2, ऐड़ा 3, ईड़ी 5, ससा 6। दसो भाई, तां इन दे विच की है देखिया जावे, वाक है जो तीन जो है किस्म दे मन्ने जांदे है, और जदों रीट दा पेपर आया सीगा तां जिहड़ा मैं आंसर दस्या सीगा उहदे विच तीन दस्या सी बई, सदान संयुक्त ते मिश्रित आ दस्या सी बई, वाक है तीन तरीके दे है। और उहदे विच चैट दे अंदर बहुत सारे बच्चियां ने कमेंट पाए और आ चीज आखी कि सरचार है सरचार है, परंतु जदों आंसर की आई ਤਾਂ ਆਨਸਰ ਕੀ ਸੀ ਜਿਹੜੀ ਉਹਦੇ ਵਿੱਚ ਤਿੰਨ ਦਿੱਤਾ ਗਿਆ ਸੀਗਾ। ਉਹਦੇ ਪੁੱਛੇ ਕਾਰਨ ਕੀ ਸੀ, ਮੇਰਾ ਵੀ ਕਾਰਨ ਕੀ ਸੀਗਾ ਮੰਨਣ ਦਾ, ਪੰਜਾਬ ਬੋਰਡ ਦੀ ਜਿਹੜੀ ਟੈਕਸਟ ਬੁੱਕ ਹੈ ਵਿਆਕਰਣ ਦੀ, ਜਿਹੜੀ ਕਿ ਕਈ ਸਾਲਾਂ ਤੋਂ ਲੱਗ ਰਹੀ ਹੈ, ਉਹਦੇ ਅੰਦਰ ਤਿੰਨ ਹੋਰ ਪੁਰਾਣੀਆਂ ਜਿਹੜੀਆਂ ਵੀ ਰਿਸਰਚ ਬੁੱਕਾਂ ਮਿਆਰੀ ਕਿਤਾਬਾਂ ਹੈ ਉਸ ਦੇ ਅੰਦਰ ਤਿੰਨ ਦਿੱਤੀਆਂ ਹੋਈਆਂ ਨੇ। ਪਰੰਤੂ ਕਈ ਜਿਹੜੇ ਹੈ ਨਵੇਂ ਸਾਥੀ ਲੋਕ ਹੈ, ਉਹਨਾਂ ਨੇ ਜਿਹੜੇ ਨਵੇਂ ਸਾਥੀ ਜਿਹੜੇ ਕਿਤਾਬਾਂ ਵਗੈਰਾ ਲਿਖ ਰਹੇ ਹੈ, ਅਸਿਸਟੈਂਟ ਪ੍ਰੋਫੈਸਰ ਵਗੈਰਾ, ਤੇ ਉਹਨਾਂ ਨੇ ਕਿਤੇ 4 ਦਿੱਤਾ ਹੋਇਆ ਸੀਗਾ, ਤਾਂ ਇਸ ਕਾਰਨ ਕਈ ਬੱਚਿਆਂ ਨੇ ਐਵੇਂ ਸੋਚ ਲਿਆ ਹੋਵੇਗਾ। ਤੇ ਪਰੰਤੂ ਜਿਹੜਾ ਆਪਾਂ ਸੰਦਰਭਗਤ ਅਧਿਐਨ ਕਰਦੇ ਹੋ, ਜੋ ਚੀਜ਼ ਸੋਚੀ ਸੀ ਵੀ ਇਹਦਾ 3 ਸਹੀ ਹੋਣਾ ਚਾਹੀਦਾ ਹੈ, ਔਰ ਉਹਦਾ 3 ਹੀ ਸਹੀ ਹੋਇਆ, ਤਾਂ ਇਹ ਜਿਹੜਾ ਕੁਐਸਚਨ ਇਸ ਤਰੀਕੇ ਨਾਲ ਬਣਿਆ ਹੋਇਆ ਕਿ ਇਹਦੇ ਵਿੱਚ ਐੜਾ 3 ਸਹੀ ਹੈ ਭਾਈ, ਰੀਟ ਦੇ ਵਿੱਚ ਵੀ ਸਹੀ ਹੈ, ਤਾਂ ਆਪਾਂ 3 ਹੀ करना है, ऐड़ा 3 सही है। 2 नंबर, मैं हर रोज शेयर करता हाँ इस वाक दी केड़ी किस्म है भाई, वाक दी मैं हर रोज शेयर करता हाँ? साधारण वाक, ऐड़ा संयुक्त वाक, ईड़ी गुंजल वाक, ससा मिश्रित वाक। ठीक है जी, आ साधारण वाक है गए। 3 नंबर, राम रोटी खा रहा है अते सीता नच रही है, ਇਹ ਵਾਕ ਕਿਹੜੀ ਕਿਸਮ ਦਾ ਹੈ? ਸਧਾਰਨ ਵਾਕ, ਮਿਸ਼ਰਤ ਵਾਕ, ਸੰਯੁਕਤ ਵਾਕ ਜਾਂ ਗੁੰਝਲ ਵਾਕ? ਦੇਖੋ ਇਹ ਚ ਇਹ ਕੀ ਹੈ ਕਿ ਜਿਹੜਾ ਵਾਕ ਹੈ ਇਹ ਸੰਯੁਕਤ ਵਾਕ ਹੈਗਾ। ਸੰਯੁਕਤ ਵਾਕ ਦੇ ਅੰਦਰ 2 ਉਪਵਾਕ ਹੁੰਦੇ ਹੈ ਔਰ ਦੋਨੋਂ ਹੀ ਆਪਸ ਸੁਤੰਤਰ ਹੁੰਦੇ ਹੈ। ਇਹ ਦੋਨੋਂ ਹੀ ਵਾਕ ਹੈ ਜਿਹੜੇ ਰਾਮ ਰੋਟੀ ਖਾ ਰਿਹਾ ਹੈ ਅਤੇ ਸੀਤਾ ਨੱਚ ਰਹੀ ਹੈ ਸੁਤੰਤਰ ਹੈ, ਤਾਂ ਇਹ ਸੰਯੁਕਤ ਵਾਕ ਬਣਦਾ ਹੈ ਭਾਈ। ਨੰਬਰ 4, जो विद्यार्थी मेहनत करेंगे पास हो जाएंगे, ਇਹ ਕਿਹੜੀ ਕਿਸਮ ਦਾ ਵਾਕ ਹੈ? ਹੁਣ ਤੁਸੀਂ ਵੇਖ ਰਹੇ ਹੋ ਆਪਸ਼ਨ ਉਹੀ ਹੈ ਭਾਈ, ਤੇ ਇਸ ਵਿੱਚ ਕੀ ਹੋਇਆ ਕਿ 2 ਉਪਵਾਕ ਹੈ, ਪਰੰਤੂ ਇੱਕ ਉਪਵਾਕ ਦੂਜੇ ਉੱਤੇ ਡਿਪੈਂਡ ਹੈ। ਜਦੋਂ ਇੱਕ ਉਪਵਾਕ ਦੂਜੇ ਉੱਤੇ ਨਿਰਭਰ ਹੋਵੇ ਤਾਂ ਉਸਨੂੰ ਮਿਸ਼ਰਤ ਕਹਿੰਦੇ ਹੈ, ਤਾਂ ਇਸ ਦਾ ਮਿਸ਼ਰਤ ਵਾਕ ਹੈ ਉਹ ਬਣਦਾ ਉੱਤਰ ਹੈ। 5 ਨੰਬਰ, ਹਰਪਾਲ ਜਾਣਦਾ ਸੀ ਕਿ ਉਹ ਪਾਸ ਹੈ, ਇਸ ਮਿਸ਼ਰਤ ਵਾਕ ਨੂੰ ਸਧਾਰਨ ਵਾਕ ਬਣਾਓ। ਹੁਣ ਇਹਨੂੰ ਸਧਾਰਨ ਵਾਕ ਬਣਾਉਣਾ ਹੈ ਬਈ, ਤੇ ਸਧਾਰਨ ਵਾਕ ਹੀ ਆ ਤਾਂ ਤੁਸੀਂ ਸਿੱਧਾ ਸਧਾਰਨ ਵਾਕ ਆਪਣਾ ਹੀ ਬਣਾ ਲਓ ਬਈ, ਤਾਂ ਕਿ ਤੁਹਾਨੂੰ ਦਿੱਕਤ ਹੀ ਨਾ ਆਵੇ। ਜਿਵੇਂ ਇਹਦਾ ਆਪਾਂ ਸਿੱਧਾ ਸਧਾਰਨ ਵਾਕ ਬਣਾਉਂਦੇ ਹਾਂ, ਇੱਕ ਵਾਰ ਹਰਪਾਲ ਪਾਸ ਹੋਣ ਬਾਰੇ ਜਾਣਦਾ ਸੀ, ਤਾਂ ਇਹ ਕਿਸ ਵਿੱਚ ਹੈ? ਦੇਖੋ ਹਰਪਾਲ ਆਪਣੇ ਪਾਸ ਹੋਣ ਬਾਰੇ ਜਾਣਦਾ ਸੀ, ਊੜਾ ਇਹਦਾ ਊੜਾ ਸਹੀ ਹੈ। ਹੁਣ ਇਹਦੇ ਚ ਕੀ ਹੈ, ਹਰਪਾਲ ਜਾਣ ਚੁੱਕਿਆ ਸੀ ਕਿ ਉਹ ਪਾਸ ਹੈ, ਹੁਣ ਇਹਦੇ ਚ ਕੀ ਹੈ ਕਿ ਹਰਪਾਲ ਜਾਣ ਚੁੱਕਿਆ ਸੀ ਕਿ ਉਹ ਪਾਸ ਹੈ, ਤਾਂ ਇਹਨੇ ਮਿਸ਼ਰਤ ਵਾਕ ਬਣਾਤਾ ਬਈ ਦੁਬਾਰਾ, ਇੱਕ ਹੋਰ ਚੀਜ਼ ਬਣਾਤੀ ਅੜ ਤੋਂ, ਉਹ ਪਾਸ ਹੈ ਹਰਪਾਲ ਨੂੰ ਪਤਾ ਸੀ। ਇਹ ਦੇਖੋ ਇਹ ਵੀ ਕੀ ਕਹਿੰਦੇ, 2 ਉਪਵਾਕ ਵਰਤ ਲਏ ਇਹਨੇ, ਹਰਪਾਲ ਜਾਣਦਾ ਸੀ ਕਿ ਉਹ ਪਾਸ, ਇਸ ਸਾਰਿਆਂ ਚ ਕੀ ਹੈ ਕਿ 2 ਉਪਵਾਕ ਵਰਤੇ ਗਏ ਹੈ, ਪਰੰਤੂ ਇਸ ਦੇ ਵਿੱਚ ਇੱਕ ਹੀ ਵਾਕ ਹੈ ਵਰਤਿਆ ਗਿਆ ਹੈ, ਹਰਪਾਲ ਆਪਣੇ ਪਾਸ ਹੋਣ ਬਾਰੇ ਜਾਣਦਾ ਸੀ, ਜਾਂ ਫਿਰ ਹਰਪਾਲ ਪਾਸ ਹੋਣ ਬਾਰੇ ਜਾਣਦਾ ਸੀ, ਊੜਾ ਸਹੀ ਹੈ ਭਾਈ। ਨੰਬਰ 6, ਉਸਨੇ ਕਿਹਾ ਕਿ ਮੈਂ ਅੱਜ ਬਿਮਾਰ ਹਾਂ, ਇਸ ਵਿੱਚ ਪ੍ਰਧਾਨ ਉਪਵਾਕ ਜੋੜ ਕਿਹੜਾ ਹੈ? ਇਹਦੇ ਵਿੱਚ ਊੜਾ ਕੀ ਮੈਂ ਅੱਜ ਬਿਮਾਰ ਹਾਂ, ਐੜਾ ਉਸਨੇ ਕਿਹਾ, ਈੜੀ ਮੈਂ ਅੱਜ ਬਿਮਾਰ ਹਾਂ, ਸੱਸਾ ਉਸਨੇ ਕਿਹਾ ਕਿ। ਹੁਣ ਇਸ ਵਿੱਚ ਕੀ ਹੈ ਕਿ ਜਿਹੜਾ ਪ੍ਰਧਾਨ ਹੈ ਉਹ ਕੀ ਹੈ, ਉਸਨੇ ਕਿਹਾ, ਉਸਨੇ ਕਿਹਾ ਜਿਹੜਾ ਕੀ ਹੈ
ਉਹ ਤਾਂ ਬਈ ਉਪਵਾਕ ਦਾ ਜਿਹੜਾ ਕੀ ਹੈ ਉਸ ਨੂੰ ਉਸਨੇ ਕਿਹਾ ਕਿ ਜਿਹੜਾ ਹੈ ਸੰਬੰਧਕ ਯੋਜਕ ਟਾਈਪ ਦੇ ਵਿੱਚ ਆ ਰਿਹਾ ਹੈ ਭਾਈ ਇਸ ਨੂੰ ਛੱਡ ਦੇਣਾ ਹੈ ਉਸਨੇ ਕਿਹਾ ਹੈ ਜਿਹੜਾ ਉਹ ਆਪਣਾ ਬਣੂਗਾ ਭਾਈ ਛਟੇ ਦਾ ਜਿਹੜਾ 7 ਨੰਬਰ ਬਜ਼ੁਰਗ ਨੇ ਅਸੀਸ ਦਿੰਦਿਆਂ ਕਿਹਾ ਕਿ ਜੁਗ ਜੁਗ ਜੀਓ ਇਸ ਵਿੱਚ ਅਧੀਨ ਨਾ ਉਪਵਾਕ ਕਿਹੜਾ ਹੈ ਕਿਹਾ ਕਿ ਜੁਗ ਜੁਗ ਜੀਓ ਬਜ਼ੁਰਗ ਨੇ ਅਸੀਸ ਦਿੰਦਿਆਂ ਕਿ ਜੁਗ ਜੁਗ ਜੀਓ ਸੱਸਾ ਜੁਗ ਜੁਗ ਜੀਓ ਤੇ ਇਸ ਵਿੱਚ ਨਾ ਉਪਵਾਕ ਹੈ ਉਹ ਜੁਗ ਜੁਗ ਜੀਓ ਹੈ ਦੁਬਾਰਾ ਉਸੇ ਟਾਈਪ ਦਾ ਇੱਕ ਹੋਰ ਕੁਐਸਚਨ ਆ ਗਿਆ ਭਾਈ ਜਦੋਂ ਇੱਕ ਚੀਜ਼ ਛਾਂਟ ਲਈ ਤਾਂ ਦੂਜੀ ਵੀ ਆਪਾਂ ਛਾਂਟ ਸਕਦੇ ਹਾਂ ਤਾਂ ਇਸ ਨਾ ਉਪਵਾਕ ਹੈ ਉਹ ਜੁਗ ਜੁਗ ਜੀਓ ਹੈ ਡੀ ਆਪਸ਼ਨ ਸਹੀ ਹੈ 8 ਨੰਬਰ ਮੇਰੇ ਕੋਲ ਇੱਕ ਪੈਨ ਤੇ ਦੋ ਕਾਪੀਆਂ ਨੇ ਇਸ ਸਧਾਰਨ ਵਾਕ ਨੂੰ ਸੰਯੁਕਤ ਵਾਕ ਬਣਾਣਾ ਹੈ ਸਧਾਰਨ ਵਾਕ ਨੂੰ ਸੰਯੁਕਤ ਬਣਾ ਦਿਓ ਬਾਈ ਮੇਰੇ ਕੋਲ ਇੱਕ ਪੈਨ ਹੈ ਅਤੇ ਦੋ ਕਾਪੀਆਂ ਹਨ ਹੁਣ ਇਹ ਆਪਣੇ ਦੇਖ ਲਓ ਕਿਹਦੇ ਵਿੱਚ ਹੈਗਾ ਉੱਤਰ ਮੇਰੇ ਕੋਲ ਇੱਕ ਪੈਨ ਵੀ ਹੈ ਤੇ ਦੋ ਕਾਪੀਆਂ ਵੀ ਨਹੀਂ ਮੇਰੇ ਕੋਲ ਇੱਕ ਪੈਨ ਹੈ ਤੇ ਦੋ ਕਾਪੀਆਂ ਹਨ ਆ ਸਹੀ ਹੈ ਭਾਈ ਐੜਾ ਸਹੀ ਹੈ ਮੇਰੇ ਕੋਲ ਇੱਕ ਪੈਨ ਦੋ ਕਾਪੀਆਂ ਹਨ ਨਹੀਂ ਇਹ ਤਾਂ ਬਣਾਈ ਨੀ ਦੋ ਉਪਵਾਕ ਬਣਾਈ ਨੀ ਸੱਸਾ ਮੇਰੇ ਕੋਲ ਇੱਕ ਪੈਨ ਹੈ ਤੇ ਦੋ ਕਾਪੀਆਂ ਇਹ ਪੂਰਾ ਕੀਤਾ ਹੀ ਨੀ ਤਾਂ ਐੜਾ ਜਿਹੜਾ ਹੈ ਉਹ ਲੋੜੀਂਦਾ ਉੱਤਰ ਆਪਣਾ ਬਣਦਾ ਹੈ 9 ਨੰਬਰ ਸ਼ਬਦ ਦਾ ਸ਼ਬਦ ਦੇ ਸ਼ਬਦ ਦੇ ਉਸ ਇਕੱਠ ਨੂੰ ਜਿਸ ਤੋਂ ਕਿਸੇ ਗੱਲ ਦੀ ਠੀਕ ਸਮਝ ਆ ਜਾਵੇ ਉਸ ਨੂੰ ਕਿਹਾ ਜਾਂਦਾ ਹੈ ਸ਼ਬਦ ਐੜਾ ਵਾਕ ਈੜੀ ਅਰਥ ਸੱਸਾ ਧੁਨੀ ਉਹਨੂੰ ਕੀ ਕਹਿੰਦੇ ਆ ਬਈ ਵਾਕ ਕਹਿੰਦੇ ਆ ਸਾਰਿਆਂ ਦਾ ਹੀ ਸਹੀ ਹੈ ਭਾਈ ਸ਼ਬਦਾਂ ਦਾ ਸਮੂਹ ਵਾਕ ਹੈ ਆਪਾਂ ਨੂੰ ਪਤਾ ਸ਼ਬਦਾਂ ਦਾ ਸਮੂਹ ਕਹਿ ਲਓ ਸ਼ਬਦਾਂ ਦਾ ਇਕੱਠ ਕਹਿ ਲਓ ਵਾਕ ਹੈ ਐੜਾ ਆਪਸ਼ਨ ਸਹੀ ਹੈ ਨੰਬਰ 10 ਵਾਕ ਦਾ ਉਹ ਹਿੱਸਾ ਜਿਸ ਵਿੱਚ ਕਰਤਾ ਤੇ ਉਸਦਾ ਵਿਸਥਾਰ ਸ਼ਾਮਿਲ ਹੋਵੇ ਕਰਤਾ ਤੇ ਉਸਦਾ ਵਿਸਥਾਰ ਸ਼ਾਮਿਲ ਹੋਵੇ ਉਹ ਕੀ ਹੈ ਕਰਤਾ ਤੇ ਉਸਦਾ ਵਿਸਥਾਰ ਜਿਸ ਸ਼ਾਮਿਲ ਹੋਵੇ ਵਿਸ਼ਾ ਹੁੰਦਾ ਹੈ ਭਾਈ ਤੇ ਆਪਾਂ ਸਿੱਧਾ ਆਪਸ਼ਨ ਚੱਕ ਲਿਆ ਵਿਸ਼ਾ ਇਸ ਬਾਰੇ ਆਪਾਂ ਨੂੰ ਚੰਗੀ ਤਰ੍ਹਾਂ ਆਪਾਂ ਜਾਣਦੇ ਸੀਗੇ ਆਪਸ਼ਨ ਜ਼ਰੂਰ ਪੜ੍ਹਨੇ ਹੈ ਊੜਾ ਵਿਧੇ ਐੜਾ ਕਰਮ ਈੜੀ ਵਿਸ਼ਾ ਸੱਸਾ ਕਿਰਿਆ ਵਿਸ਼ਾ ਹੈ ਭਾਈ 10ਵੇਂ ਦਾ ਈੜੀ 11 ਨੰਬਰ ਵਾਕ ਵਿੱਚ ਵਿਸ਼ੇ ਤੋਂ ਛੁੱਟ ਬਾਕੀ ਦਾ ਸਾਰਾ ਹਿੱਸਾ ਕੀ ਹੁੰਦਾ ਹੈ ਵਿਸ਼ੇ ਤੋਂ ਵਿਸ਼ੇ ਨੂੰ ਛੱਡ ਕੇ ਬਾਕੀ ਸਾਰਾ ਹਿੱਸਾ ਕੀ ਹੁੰਦਾ ਹੈ ਵਿਸ਼ੇ ਨੂੰ ਛੱਡ ਕੇ ਬਾਕੀ ਸਾਰਾ ਹਿੱਸਾ ਵਿਧੇ ਹੁੰਦਾ ਹੈ ਪੂਰਨ ਨਹੀਂ ਹੁੰਦਾ ਬਈ ਕਰਮ ਦਾ ਵਿਸਥਾਰ ਨਹੀਂ ਇਹ ਕਰਮ ਦਾ ਵਿਸਥਾਰ ਹੈ ਕਰਮ ਕਰਮ ਅੱਡ ਹੁੰਦਾ ਹੈ ਬਈ ਵਿਧੇ ਵਾਕ ਨੂੰ ਛੁੱਟ ਜਿਹੜਾ ਸਾਰਾ ਹਿੱਸਾ ਹੈ ਉਹ ਵਿਧੇ ਹੈ ਕਰਮ ਹੈ ਜਿਸ ਦੇ ਉੱਤੇ ਅਸਰ ਪਵੇ ਅਸਰ ਅੰਦਾਜ਼ ਰਵੇ ਕਰਮ ਔਰ ਕਰਮ ਦਾ ਜਿਹੜਾ ਵਿਸਥਾਰ ਦਿੱਤਾ ਹੋਇਆ ਹੈ ਉਸ ਨੂੰ ਕਰਮ ਦਾ ਵਿਸਥਾਰ ਕਹਿੰਦੇ ਆ ਪੂਰਨ ਜੋ ਪੂਰਨ ਕਰੇ ਤੇ ਇਸ ਵਿੱਚ ਸੱਸਾ ਜੋ ਬਣਦਾ ਉੱਤਰ ਆਪਣਾ ਹੈਗਾ ਹੈ 12 ਜਿਸ ਸ਼ਬਦ ਵਿੱਚ ਉੱਤੇ ਕੋਈ ਕੰਮ ਹੋਵੇ ਉਸਨੂੰ ਕੀ ਕਹਿੰਦੇ ਆ ਬਈ ਜਿਸ ਸ਼ਬਦ ਉੱਤੇ ਕੋਈ ਕੰਮ ਹੋਵੇ ਕਰਮ ਦਾ ਵਿਸਥਾਰ ਐੜਾ ਵਿਧੇ ਕਰਮ ਜਾਂ ਫਿਰ ਕਿਰਿਆ ਕਰਮ ਬਈ ਜਿਸ ਉੱਤੇ ਕੋਈ ਕੰਮ ਹੋਵੇਗਾ ਜਿਸ ਉੱਤੇ ਕੋਈ ਅਸਰ ਪਵੇਗਾ ਉਸ ਨੂੰ ਕਰਮ ਆਖਦੇ ਹੈ 12ਵੇਂ ਦਾ ਈੜੀ 13 ਨੰਬਰ ਵਾਕ ਵਿੱਚ ਕਰਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਹੈ ਜਿਹੜਾ ਕਰਮ ਦੀ ਵਿਸ਼ੇਸ਼ਤਾ ਦੱਸੇ ਉਹ ਕਰਮ ਹੈ ਨਹੀਂ ਕਰਮ ਦਾ ਵਿਸਥਾਰ ਹੈ ਹਾਂਜੀ ਜਿਹੜਾ ਕਰਮ ਦੀ ਵਿਸ਼ੇਸ਼ਤਾ ਦੱਸੇ ਉਹ ਕਰਮ ਦਾ ਵਿਸਥਾਰ ਹੈ ਕ੍ਰਿਆ ਕ੍ਰਿਆ ਨਹੀਂ ਹੈ ਕਿਰਿਆ ਤਾਂ ਉਹ ਹੁੰਦਾ ਬਈ ਕੰਮ ਦਾ ਕਰਨਾ ਜਾਂ ਹੋਣਾ ਪਾਇਆ ਜਾਂਦਾ ਹੈ ਕਾਲ ਸਹਿਤ ਵਿਧੇ ਵਿਧੇ ਦੇ ਉੱਤੇ ਪਰਿਭਾਸ਼ਾ ਦੇ ਹੀ ਦਿੱਤੀ ਹੈ ਬਈ ਵਿਸ਼ੇ ਨੂੰ ਛੱਡ ਕੇ ਜਿਹੜਾ ਬਾਕੀ ਬਚ ਗਿਆ ਵਿਧੇ ਹੈ ਕਿਰਿਆ ਕਿਰਿਆ ਦਾ ਵਿਸਥਾਰ ਕਰਮ ਸਭ ਕੁਛ ਇਹਦੇ ਅੰਦਰ ਆਜੂਗਾ ਵਿਸਥਾਰ ਵਗੈਰਾ ਸਭ ਕੁਛ 14 ਨੰਬਰ ਸੀ ਸ਼ਬਦ ਦਾ ਕਾਲ ਹੈ ਇਹ ਵਰਤਮਾਨ ਦੀ ਭਵਿੱਖ ਕਾਲ ਸੀ ਭੂਤਕਾਲ ਦੀ ਸਾਰੇ ਸੀ ਸ਼ਬਦ ਦਾ ਕਾਲ ਹੈ ਤੂੰ ਗਿਆ ਸੀ ਉਹ ਗਈ ਸੀ ਭੂਤਕਾਲ ਹੈ ਭਾਈ ਭੂਤਕਾਲ 15 ਨੰਬਰ ਆਦਰ ਸ਼ਬਦ ਦਾ ਉਲਟ ਭਾਵੀ ਹੈ ਫਟਕਾਰ ਇੱਜ਼ਤ ਨਿਰਾਦਰ ਸਤਕਾਰ ਆਦਰ ਆਦਰ ਦਾ ਬਈ ਨਿਰਾਦਰ ਹੋਵੇਗਾ ਆਦਰ ਦਾ ਨਿਰਾਦਰ ਹੋਵੇਗਾ 15ਵੇਂ ਦਾ ਸੀ 16 ਨੰਬਰ ਸ੍ਰੇਸ਼ਟ ਸ਼ਬਦ ਦਾ ਉਲਟ ਭਾਵੀ ਹੈ ਸ੍ਰੇਸ਼ਟ ਦਾ ਉੱਤਮ ਇਹ ਤਾਂ ਸਮਾਨਾਰਥੀ ਹੋ ਗਿਆ ਨਖਿੱਧ ਹਾਂਜੀ ਨਖਿੱਧ ਹੈ ਜੋ ਇਸਦਾ ਬਣਦਾ ਹੈ ਭਾਈ
नखिद श्रेष्ठतम एतावस्था देती श्रेष्ठ उतली अवस्था श्रेष्ठतम खराब श्रेष्ठता खराब नहीं होता पे श्रेष्ठता निखद होता है। 17 नंबर सखना शब्द का समानार्थक है सखना दा बरीक खाली खराब भरिया सखना सखना क्यों कहते सखना है उस चीज तो सखना है समानार्थक शब्द खाली है सखने दा खाली ए बरीक नहीं होवेगा खराब भी नहीं भरिया भी नहीं सखना खाली है। माड़ा दा समानार्थक शब्द है माड़े दा तकड़ा माड़े दा तो तकड़ा विरोधी हो गया भाई मोटा माड़ा मोटा हो गया ये तो माड़ा समानार्थक दसना है कमजोर होगा समानार्थक ही होगा माड़े का कमजोर है कमजोर बंदा है माड़ा बंदा है सख्त सख्त भी नहीं हो सकता माड़ा बंदा कितने सख्त होता है कमजोर। 19 नंबर है मुढ़ का समानार्थक है मुढ़ का ऊड़ा शुरू अंत अंत नहीं है भाई अखीर भी नहीं है मध भी नहीं है जड़ा है मुढ़ का है जो वो शुरू है भाई शुरू। 19 नंबर का तो है ए ऑप्शन शुरू ठीक है। हुण एक बच्चा कह रहा है जी 17 नंबर का सखना शब्द का समानार्थक अरे सखना तो ना खाली नू कहंदे आ किसी चीज तो बिना भाई मैं सखना रह गया उस तो बिना रह गया मनु वो चीज नहीं मिली ठीक है ना भरिया माने तो भरिया हो गया ना भरिया विरोधी शब्द होगा समानार्थक आप नहीं कर सकते किधर तुहाडे दिमाग च विरोधी शब्द आ रहा हो विरोधी शब्द है आ चीज ध्यान रखनी है बई समानार्थक नहीं है थोड़ा क्वेश्चन थोड़ा देखना है भाई समानार्थक है कि विरोधी है की चीज है जो आप क्वेश्चन चंगी तरह पढ़ो बी हुण तुहानू समझ आ गया होगा भाई इत्थे की पूछा गया सीगा इत्थे आ चीज पूछी गई है समानार्थक शब्द तो उसका जिहड़ा है उत्तर वह बिल्कुल सही दसिया गया है भरिया का तुहानू विशेषण करता ओके एस एम एस कर दिया करो मैं कई बार कहा कि जिहड़े बच्चे उत्तर मिल जाता है तो ओके का सुनेहा ला दे भाई। 20 नंबर थर्मा का समानार्थक शब्द है काली ऐड़ा बेसर बेसबरी ईड़ी धीरज ससा धीरज हीन थर्मा है भाई बंदा बड़ा थर्मा है दा समानार्थक काली तो है ही नहीं भाई बेसबरी भी नहीं है इंदा की है धीरज है भाई थर्मे का समानार्थक है बड़ा थर्मा है बड़ा ठंडे सुभा है थर्मा है धीरज इंदा समानार्थक धीरज है भाई धीरजहीन भी नहीं होगा। वैसे इसनों एक करण का एक होर तरीका हो सकता है कि आप बेमेल छांट लीए कई बार ऐसा क्वेश्चन भी आ जाता है कि बेमेल छांट के अपना उत्तर मिल जाता है जे उत्तर ना मिले तो आनू उत्तर लभण दे विच दिक्कत आवे तो तुसी बेमेल छांट लो तुसी काली बेसबरी और धीरज ही है आ थोड़े मिलते जुलते शब्द है परंतु धीरज है वह अलग है इस सवाल का उत्तर आ होगा। अगे अलौकिक का समानार्थक शब्द है अलौकिक अनोखा ऐड़ा भद्दा ईड़ी गंदा ससा आम अलौकिक का की है अनोखा भाई अलौकिक का अनोखा सही है भाई सही है जवाब अलौकिक का अनोखा हो गया भद्दा गंदा माड़ा ये अड़ चीजा हो गया ये नहीं हो सकदियां आम भी नहीं है तो रह गया अनोखा। 22 नंबर ऊना का समानार्थक दसना है भाई ऊना पूरा भरिया खाली अधूरा भाई आता ऊना हैगा है ऊना अधूरा ऊना की है अधूरा है खाली नहीं गा ऊना अधूरा पूरा खाली नहीं गा इस कारण खाली भी नहीं गा भरिया भी नहीं गा खाली भी नहीं गा भरिया भी नहीं आ ऊना हैगा है अधूरा है इस कारण आ ससे तक कहता ऊना अधूरे नूं कहिंदे हुंदे आ भाई पूरा भी नहीं है जो भरिया खाली भरिया गलत करता तो पूरा भी गलत होगा। 23 नंबर
उपयोग दा समानार्थक शब्द है लाभ, घाटा, नुकसान, हानि। उपयोग दा भाई ये उपयोगी है, समानार्थक ए ऑप्शन आ रहा है, शब्द सही है भाई। लाभ ही है, उपयोग का घाटा तो हो नहीं सकता, नुकसान भी नहीं हो सकता। घाटा नुकसान हानि इको जिजे शब्द है भाई, बेमेल भी छाड़ सकते हैं। तो मैं दसिया है कई बार ऑप्शन के बीच अगर तुम एवं लगे बेमेल आया गया तो आप एक सही तरीके विश्लेषण करते, बेमेल छाड़ दिए जो तीनों एको जिजे आ बेमेल आ भी सही हो सकता है। इस तरीके पेपर च अगर आवे तो आ ट्रिक अगर लगती है तो यह भी ला दो, सारिया ट्रिका लानी है हर तरीके का, ताकि अपना क्वेश्चन किसी भी कीमत पे गलत नहीं होना चाहिए। 24 नंबर, उद्यम का समानार्थक शब्द है यत्नहीन, कोशिशहीन, उपराला, उद्यमहीन। देखो उद्यम का यत्नहीन है जेड़ा वो तो है ही नहीं पाई, ठीक है। कोशिशहीन ते उद्यम करना, कोशिश करना, यत्न करना, उपराले करना, ये इनके समानार्थक शब्द है। और जो यत्नहीन है ये भी नहीं होएगा, कोशिशहीन है ये भी नहीं होएगा, उद्यमहीन है ये भी नहीं होएगा, उपराला होएगा। उद्यम दे रखा था, उद्यमहीनता समझो विरोधी टाइप च आ गया। इस कारण जो लोड़ीदा उत्तर है वो ईडी है, 24वें का ईडी। अगे 25 नंबर, सियाणा का समानार्थक शब्द है ऊड़ा सफल, ऐड़ा अनजाण, ईड़ी समझदार, सस्सा इन्हां चो कोई नहीं। सियाणा, सियाणा है भाई बंदा समझदार है, अनजान नहीं है, सफल, सफलता चीज ही अड होगी पर समझदार है। ईडी शब्द सही है भाई, ठीक है, सस्ता तो हो ही नहीं सकता। अगे 26 नंबर, उदास का समानार्थक शब्द है खुश, ना ना खुश कितने, आनंद ना जी ना आनंद भी नहीं, चिंताहीन नहीं, चिंता तुर। हाँ भाई उदास है, बंदा की है उदास है, उन्होंने बड़ी चिंता लगी हुई है, चिंता तुर भाई। 26 नंबर सह सही है भाई इनका। 27 नंबर, अकल का समानार्थक शब्द है अकल का, अकलहीन आता विरोधी हो गया भाई, सियाणप, बेअकल, बेसमझ, इन्हां विचों सोचना है, अकलहीनता विरोधी हो गया। हुण अकल का सियाणप, सियाणप भाई अकल है, सियाणप हैगी है बिल्कुल हो सकता है, बेअकल, अकल का बेअकल विरोधी हो गया भाई, बेसमझ ये भी विरोधी धिरे का शब्द बनता है, समानार्थक नहीं बनता, समानार्थक शब्द सियाणप बनता है। नंबर 28, ओपरा दा समानार्थक शब्द है पराया, आपना, उपराम, इन्हां विचों कोई नहीं। ओपरा है भी, ओपरा बंदा, देखो ओपरा बंदा आ गया। कई बार की करो कि समानार्थक शब्द है विरोधी शब्द है, उन्होंने वाक च वरतों करके वेख लो, वाक च वरतों करके वेखण नाल भी तुहानू उत्तर मिल जाएगा। जिवें आपां वाक च वरतों करनी, भाई तां कोई ओपरा बंदा लगी जांदा है, मतलब पराया बंदा लग रहा है, पराया सही है। आपना ओपरा जिहड़ा आपना नहीं होगा वह तो ओपरा होगा भाई, आपना भी नहीं है, उपराम भी नहीं है, इन्हां विचों कोई नहीं है, तो है ही अड़ चीजा। ते ओपरे दा है समानार्थक जिहड़ा है ओपरा है भाई, पराया है। 29 नंबर, अनाथ दा समानार्थक शब्द है हमायती, नहीं, हमायती नहीं है, हमायती अड़ चीज होंगी है, हमायत रखने वाला, यतीम, हाँ भाई वो यतीम है, अनाथ है, बिल्कुल सही, ऐड़ा हो सकता है। ईड़ी अनाथी, अनाथी तो चीज ही अड है, अनाथी अनाथने तो अड ही देती है, ये नहीं है, अनाथी नाथन ताड़ी होगी, तो यतीम है जो वह समानार्थक शब्द बनता है भाई। नंबर 30, सफलता का विरोध अर्थक शब्द होता है, विरोध दसना, सफलता का विरोधी असफलता होता है, निराशा नहीं, आशा का निराशा होता है भाई, असमर्थ, समर्थ का असमर्थ होता है आ भी नहीं, सफलता का असफलता होता है ईड़ी, उचितता अनुचित होता है, नहीं इनका उचित होगा, नहीं नहीं भाई असफलता। सुवारना का विरोध अर्थक शब्द है सुवारना, बनाना, ऐड़ा उलझाना, ईड़ी उतारना, सस्सा बिगाड़ना, ते सुवारना, सुवारने का विरोधी शब्द बिगाड़ना, सुवारना भी कम सुवार लो, खराब ना करो, ते सुवारना, सुवारने का विरोधी की हो गया बिगाड़ना हो गया, ते सस्सा होगा 31 का। 32 नंबर, भिजना दा विरोधी अर्थ शब्द है भिजने का, भिज गया, मैं भिज गया, मैं सुख गया,
कपड़े भिज गए, कपड़े सुक गए। इस तरीके कोई औखा विरोधी शब्द आ जाता है, यह तो सरल जा विरोधी शब्द से, कोई होर विरोधी शब्द आ जाता है जिहड़ा तुसीं नहीं पढ़िया होया। आंसर पढ़ो किहड़े किहड़े है, सुकना, गिला, भिजया, डुबया। हुण देखो भैया किहड़ा जचवां उत्तर है, भिजना, सुकना, ये विरोधी है। गिला, गिल्ला तो समानार्थक है भाई, भिज गया गिल्ला है, भिजया है ये समानार्थक है गे है, डुबिया तो आडी चीज हैगी है, ठीक है ये दोनों समानार्थक है। विरोधी केड़ा है, विरोधी है गया सुकना, सुकना सही है। नंबर 33, तारना दा विरोध अर्थक शब्द हुंदा है, ऊड़ा तैरदा है, ऐड़ा डोबना, ईड़ी लटकना, सस्सा फड़ना। तारना, तार दो, कोई तारूगा कोई डोबूगा भाई। तारण दा विरोधी शब्द तैरना नहीं है भाई, डोबना, बिल्कुल डोबना भाई, डोबना, तारने दा डोबना। ईड़ी लटकना नहीं भाई, लटकना नहीं है, फड़ना नहीं है, तारने दा डोबना विरोधात्मक सही है। 34 नंबर, चंगयाई दा विरोधी शब्द है चंगयाई, बुरयाई। बुरा नहीं जी, नहीं बुरा नहीं है, चंगयाई बुरयाई, हां बुरयाई। पैड़ा, चंगयाई दा पैड़ा नहीं, नहीं है, चंगे दा पैड़ा होवेगा, चंगे दा पैड़ा हो सकदा सी, चंगयाई दा बुरयाई है, चंगे दा पैड़ा है भाई, अच्छे दा बुरा है। मंदा, मंदा भी ए पैड़ा, मंदा बुरा, ए पैड़ा मंदा बुरा, ए आपस समानार्थक है भाई, ते बुरियाई है जेड़ा समानार्थकता है, पर चंगयाई का जेड़ा बनता विरोधी शब्द है वह बुरियाई होगा। 35 नंबर, सुस्ती का विरोधी अर्थक शब्द है ऊड़ा चुस्ती, ऐड़ा चलाक, ईड़ी आलसी, सस्सा बेलड़। सुस्ती है भाई सुस्त, बंदा सुस्त है, विरोधी बंदा चुस्त है भाई, ये बड़ा सुस्त है, आ चुस्त है, आ सुस्त है, ये विरोधी शब्द है, सुस्त चुस्त। ते आ चलाक है जेड़ा, ये चुस्ती दा ही है समानार्थक है गया भाई, आलसी, सुस्ती दा आलसी समानार्थक है, ये तो हो ही नहीं सकता। बेलड़, जेड़े सुस्त बंदे बेलड़ रहिंदे, ये भी नहीं हो सकता। ते चलाक तो करना नहीं सी आपा भाई, क्योंकि सुस्ती है जेड़ा उनका की है, चुस्ती बनूंगा भाई। सुस्ती, चुस्ती, बुरियाई, चंगियाई, इन्हां चीजां नूं भी ध्यान रखना है, जिस तरीके दे उन्हें वरत्या है उस तरीके दे अपना बनता उत्तर देना है। आप जितना दा विरोध अर्थक शब्द है जेतू, हारना, जितया, जेत। देखो जितने दा जेतू, जितया ते जेत, विजेता कुछ भी कह लो, ये समानार्थक शब्द है, परंतु हारना की है, विरोधी शब्द है। जदों विरोधी शब्द करो तो एक चीज का ध्यान रखना है, जित दा विरोधी शब्द हार है, जितना दा विरोधी शब्द हारना है। जे जितना लिखे है तो हारना, जे चंगा लिखे है तो मंदा, जे चंगयाई लिखे है तो बुरयाई, जे चुस्ती लिखे है तो सुस्ती, जे चुस्त लिखे है तो सुस्त। इन्होंने चीजों का ध्यान रखियो, जिस रिदम के प्रश्न पूछा गया है उसी रिदम के अंदर तुसी जवाब देना है, कितने एवें ना हो कि इतने हार लिखे हो तुसी को हार कर देने, नहीं नहीं जित दा हार हुंदा, जितने दा हारना हुंदा है। जिस भी पूछा गया पे उसी च जवाब, उसी रिदम च, उसी ही, जे क्रिया है तो क्रिया, विशेषण है तो विशेषण, जेड़ा भी विरोधात्मक शब्द समानार्थक जिस संकल्प च पूछा गया है उसी दे अधीन उत्तर दिता जाए। वसना दा विरोध अर्थक शब्द है उजड़ना, सुनसान, एकांत, इकल्लापन। वसना, ते वसना भाई वस गया, वसना, उजड़ना, विरोधी शब्द की है उजड़ना है वसने दा, सुनसान है जेड़ा ये नहीं है भाई, सुनसान इलाका नहीं, एकांत, इकल्ला रहना, इकल्लापन, ये तो आड़ी चीज आ गई भाई, इकल्लापन ये आड़ी चीज आ गई, तो वसना उजड़ना। ये वैसे बच्चों के सही हो रहे हैं सारे की, कोई दिक्कत आ नहीं रही उन्होंने, क्योंकि बहुत आप पढ़े है, याद किए हैं, सैकेंडरी सीनियर सैकेंडरी पद्धर से। खरीदना दा विरोध अर्थक शब्द है खरीदना,
ਲਿਆਉਣਾ ਐੜਾ ਵੇਚਣਾ ਈੜੀ ਲਾਭ ਸੱਸਾ ਮੁੱਲ। ਖਰੀਦਣਾ ਦਾ ਕੀ ਹੈ? ਵੇਚਣਾ, ਖਰੀਦਣਾ ਵੇਚਣਾ ਹੋਊਗਾ, ਲਾਭ ਦਾ ਹਾਨੀ ਹੁੰਦਾ, ਠੀਕ ਹੈ। ਤੇ ਇਹ ਤਾਂ ਵੱਖਰੇ, ਆਪਾਂ ਨੂੰ ਖਰੀਦਣਾ ਪੁੱਛਿਆ, ਆਪਾਂ ਵੇਚਣਾ ਕਰ ਦਾਂਗੇ, ਐੜਾ ਸਹੀ ਹੈ। 39 ਨੰਬਰ, ਗੁਆਚਣਾ ਦਾ ਵਿਰੋਧਤਕ ਸ਼ਬਦ ਹੈ। ਊੜਾ ਗਿਰਨਾ ਐੜਾ ਦੁਰਲਭ, ਈ ਗੁਆਚਿਆ ਸੱਸਾ ਮਿਲਣਾ, ਗੁਆਚਣਾ ਦਾ ਵਿਰੋਧਾਰਥਕ ਸ਼ਬਦ ਹੈ। ਗੁਆਚਣਾ ਮਿਲਣਾ, ਸੱਸਾ ਗੁਆਚਣਾ ਦਾ ਵਿਰੋਧੀ ਕੀ ਹੈ? ਮਿਲਣਾ ਹੈ, ਗਿਰਨਾ ਨਹੀਂ ਹੈ ਬਈ। ਗਿਰਨਾ ਤਾਂ ਚੜ੍ਹਨਾ, ਗਿਰਨਾ ਦੁਰਲਭ, ਤੇ ਆਹ ਚੀਜ਼ਾਂ ਹੀ ਅੱਡ ਹੈ ਬਈ। ਗੁਆਚਿਆ ਨਹੀਂ ਹੈ, ਕਿਉਂਕਿ ਜਿਸ ਗੁਆਚਿਆ ਤਾਂ ਲੱਭਿਆ ਤਾਂ ਗੁਆਚਿਆ ਹੋਊਗਾ ਬਈ, ਲੱਭਿਆ ਗੁਆਚਿਆ। ਇੱਥੇ ਗੁਆਚਣਾ ਹੈ ਤਾਂ ਮਿਲਣਾ, ਉਸੀ ਭਾਵ ਦੇ ਵਿੱਚ ਜਵਾਬ ਦੇਣਾ ਜਿਸ ਚ ਪੁੱਛਿਆ ਗਿਆ। 40 ਨੰਬਰ, ਵਾਕ ਦੇ ਭਾਵ ਨੂੰ ਪੂਰਾ ਕਰਨ ਲਈ ਵਰਤੇ ਗਏ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ? ਊੜਾ ਵਿਧੇ, ਐੜਾ ਕਰਮ, ਈੜੀ ਕਿਰਿਆ, ਸੱਸਾ ਪੂਰਕ। ਵਾਕ ਦੇ ਭਾਵ ਨੂੰ ਪੂਰਾ ਕਰਨ ਲਈ ਵਰਤੇ ਗਏ ਸ਼ਬਦ ਨੂੰ ਆਖਦੇ ਨੇ ਪੂਰਕ। ਜਿਹੜੇ ਵਾਕ ਦੇ ਭਾਵ ਨੂੰ ਪੂਰਾ ਕਰੇ ਉਹ ਪੂਰਕ ਹੁੰਦਾ ਬਈ। ਵਿਧੇ, ਵਿਸ਼ਾ ਨੂੰ ਛੱਡ ਕੇ ਸਾਰਾ ਵਿਧੇ ਹੈ ਬਈ। ਕਰਮ, ਜਿਸਦੇ ਉੱਤੇ ਅਸਰ ਪਵੇ, ਕਿਰਿਆ, ਕੰਮ ਦਾ ਕਰਨਾ ਜਾਂ ਹੋਣਾ ਪਾਇਆ ਜਾਵੇ ਕਾਲ ਸਹਿਤ। ਤਾਂ ਇਹ ਚੀਜ਼ਾਂ ਤਾਂ ਹੈ ਹੀ ਨਹੀਂ, ਆਈ ਰਹਿ ਗਈ ਪੂਰਕ। ਪੂਰਕ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕਿਹਾ ਜਾਂਦਾ ਹੈ ਊੜਾ ਪੂਰਕ, ਐੜਾ ਵਿਧੇ, ਈੜਾ ਪੂਰਕ ਦਾ ਵਿਸਥਾਰ, ਸੱਸਾ ਕਿਰਿਆ। ਪੂਰਕ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਪੂਰਕ ਦਾ ਵਿਸਥਾਰ, ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਕਿਰਿਆ ਦਾ ਵਿਸਥਾਰ, ਕਰਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਕਰਮ ਦਾ ਵਿਸਥਾਰ। ਇੱਥੇ ਪੂਰਕ ਦੀ ਵਿਸ਼ੇਸ਼ਤਾ ਪੁੱਛੀ ਹੈ, ਪੂਰਕ ਦਾ ਵਿਸਥਾਰ। 42 ਨੰਬਰ, ਵਾਕ ਵਿੱਚ ਕਿਰਿਆ ਸੰਬੰਧੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕੀ ਅਖਵਾਉਂਦਾ ਹੈ? ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ, ਹੁਣੀ ਦੱਸਿਆ ਕਿਰਿਆ ਦਾ ਵਿਸਥਾਰ, ਕਿਰਿਆ ਕਰਮ ਵਿਧੇ ਇਹਨਾਂ ਬਾਰੇ ਉੱਤੇ ਸਮਝਾਤਾ ਹੈ ਬਈ, ਵਿਸ਼ਲੇਸ਼ਣ ਕਰਤਾ ਹੈ। 42ਵੇਂ ਦਾ, ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਕਿਰਿਆ ਦਾ ਵਿਸਥਾਰ ਹੈ। 43 ਨੰਬਰ, ਕਿਹੜਾ ਸ਼ਬਦ ਕਾਲ ਸ਼ਬਦ ਦੇ ਬਹੁ ਅਰਥਕ ਵਜੋਂ ਨਹੀਂ ਵਰਤਿਆ ਜਾ ਸਕਦਾ? ਬੂਟਾ ਨਹੀਂ ਵਰਤਿਆ ਜਾ ਸਕਦਾ, ਮੌਤ, ਕਾਲ ਆ ਗਈ ਬਈ, ਉਹਦਾ ਤਾਂ ਕਾਲ ਆਇਆ ਹੋਇਆ ਸੀ। ਮੌਤ ਵਰਤ ਸਕਦੇ ਹੈ, ਸਮਾਂ ਕਾਲ ਲਈ ਵਰਤਦੇ ਹੈ, ਸਮੇਂ ਲਈ ਵਰਤਦੇ ਆ ਬਈ ਕਾਲ, ਔਰ ਥੋੜ ਕਾਲ ਪੈ ਗਿਆ ਬਈ, ਇੱਕ ਵਾਰ ਤਾਂ ਕਾਲ ਪੈ ਗਿਆ, ਥੋੜ ਗਿਆ ਮਤਲਬ, ਇਹ ਤਿੰਨੋਂ ਵਰਤ ਸਕਦੇ। ਪਰ ਬੂਟਾ ਪੇੜ ਪੌਦੇ ਤੋਂ ਸੰਬੰਧਿਤ ਹੈ, ਇਹ ਆਪਾਂ ਨਹੀਂ ਵਰਤ ਸਕਦੇ। 44 ਨੰਬਰ, ਧਰਮ ਦੀ ਮਾਤਾ ਇੱਕ ਡੰਗ ਰੋਟੀ ਖਾਂਦੀ, ਪਰਮ ਦੀ ਮਾਤਾ ਇੱਕ ਡੰਗ ਰੋਟੀ ਖਾਂਦੀ ਸੀ, ਉਸਨੂੰ ਬਿੱਛੂ ਨੇ ਡੰਗ ਲਿਆ। ਡੰਗ ਡੰਗ ਸ਼ਬਦ ਦੋ ਵਾਰ ਆਇਆ, ਦੋਨਾਂ ਦੇ ਅਰਥ ਦੱਸਣੇ ਹੈ ਕਰਮ ਵਾਰ। ਪਰਮ ਦੀ ਮਾਤਾ ਇੱਕ ਡੰਗ ਰੋਟੀ ਖਾਂਦੀ ਸੀ, ਇੱਕ ਵੇਲੇ ਰੋਟੀ ਖਾਂਦੀ ਸੀ, ਵੇਲਾ ਹੋ ਗਿਆ ਔਰ ਉਸਨੂੰ ਬਿੱਛੂ ਨੇ ਡੰਗ ਲਿਆ, ਡੱਸ ਗਿਆ ਬਿੱਛੂ ਬਈ। ਵੇਲਾ ਤੇ ਡਸਣਾ ਇਹ ਆਪਸ਼ਨ ਹੋਵੇਗਾ, ਡਸਣਾ ਤੇ ਖਾਣਾ ਨਹੀਂ, ਵੇਲਾ ਤੇ ਸੁੰਘਣਾ ਨਹੀਂ, ਕੋਈ ਨਹੀਂ ਨਹੀਂ, ਵੇਲਾ ਤੇ ਡਸਣਾ ਹੋ ਗਿਆ। ਹੁਣ ਇੱਥੇ ਕੋਈ ਨਹੀਂ ਹੈ, ਉਹਦੇ ਉੱਤੇ ਜਾਣ ਦੀ ਆਪਾਂ ਲੋੜ ਹੀ ਨਹੀਂ ਹੈ, ਆਪਾਂ ਤਾਂ ਵਿਚਾਰ ਕਰਾਂਗੇ। ਤਿੰਨਾਂ ਆਪਸ਼ਨਾਂ 'ਚ ਆਪਾਂ ਨੂੰ ਉੱਤਰ ਮਿਲ ਗਿਆ। ਇਹ ਇੱਕ ਵਾਰ ਨਾ ਸਮਝ ਆਵੇ, ਦੂਜੀ ਵਾਰ ਪ੍ਰਸ਼ਨ ਪੜ੍ਹ ਲਓ, ਦੂਜੀ ਵਾਰ ਨਾ ਆਵੇ ਤੀਜੀ ਵਾਰ ਪੜ੍ਹ ਲਓ। ਇਹੋ ਜਿਹੇ ਕੁਐਸਚਨ ਹੋ ਜਾਂਦੇ ਹੈ, ਆਰਾਮ ਨਾਲ ਹੋ ਜਾਂਦੇ ਹੈ, ਪਰ ਆਪਣੇ ਗਲਤ ਨਹੀਂ ਹੋਣੇ ਚਾਹੀਦੇ, ਆਪਾਂ ਚੂਕ ਨਹੀਂ ਕਰਨੀ, ਆਰਾਮ ਨਾਲ ਸਹਿਜਤਾ ਨਾਲ ਧੀਰੇ ਧੀਰੇ ਸਹੀ ਕਰ ਦੇਣਾ ਹੈ। 45 ਨੰਬਰ, ਕਿਹੜਾ ਸ਼ਬਦ ਸਿੱਟਾ ਸ਼ਬਦ ਦੇ ਬਹੁ ਅਰਥਕ ਵਜੋਂ ਨਹੀਂ ਵਰਤਿਆ ਜਾ ਸਕਦਾ? ਸਿੱਟਾ, ਫਸਲ ਦਾ ਸਿੱਟਾ ਬਈ, ਦੂੰਬ ਵਰਤ ਸਕਦੇ ਨੇ। ਬੱਚਾ, ਨਹੀਂ ਨਹੀਂ ਬੱਚਾ ਨਹੀਂ ਵਰਤ ਸਕਦੇ। ਨਤੀਜਾ, ਕੀ ਸਿੱਟਾ ਨਿਕਲਿਆ ਬਈ, ਦੱਸੋ ਨਤੀਜਾ ਦੱਸੋ, ਆਹ ਵੀ ਵਰਤ ਸਕਦੇ ਆ। ਨਿਚੋੜ, ਸਿੱਟਾ, ਕੀ ਸਿੱਟਾ ਕੱਢਿਆ, ਕੀ ਨਿਚੋੜ ਕੱਢਿਆ ਤੁਸੀਂ, ਇਹ ਵੀ ਹੋ ਸਕਦਾ ਹੈ, ਪਰੰਤੂ ਬੱਚਾ ਨਹੀਂ ਹੋ ਸਕਦਾ ਭਾਈ। ਤਾਂ ਹੁਣ ਆਪਾਂ ਦਿੰਦੇ ਹਾਂ ਵਾਣੀ ਨੂੰ ਵਿਰਾਮ। ਸਾਰੇ ਹੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ।